ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਪਹੁੰਚੇ ਆ ਸਾਊਥ ਬੈਂਡ ਇੰਡੀਆਨਾ ਦੇ ਵਿੱਚ ਜਿੱਥੇ ਵਸਦੀ ਹੋਈ ਸਾਡੀ ਕਮਿਊਨਿਟੀ ਦੇ ਨਾਲ ਸਾਨੂੰ ਮਿਲਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਵੀ ਮਿਲਾ ਰਹੇ ਆ ਕਿ ਪੰਜਾਬੀ ਜਿੱਥੇ ਵੀ ਜਾ ਕੇ ਵਸਦੇ ਉੱਥੇ ਪੰਜਾਬ ਬਣਾ ਲੈਂਦੇ ਆ ਤੇ ਅੱਜ ਇੱਕ ਆਪਾਂ ਨਿੱਕੇ ਜਿਹੇ ਪੰਜਾਬ 'ਚ ਪਹੁੰਚੇ ਆ ਇਸ ਸਾਊਥ ਬੈਂਡ ਇੰਡੀਆਨਾ ਦੇ ਏਰੀਆ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸੈਟਲ ਹੋਏ ਸੋ ਜਦੋਂ ਮੈਂ ਇੰਡੀਆ ਤੋਂ ਯੂ ਨੋ ਆਪਣੀ BDS ਕੀਤੀ ਇੱਥੇ ਮੂਵ ਹੋਇਆ ਸੋ ਮੈਂ ਮੇਰੀ ਐਕਸੈਪਟੈਂਸ ਸ਼ਿਕਾਗੋ ਡੈਨਲ ਸਕੂਲ ਵਿੱਚ ਹੋ ਗਈ ਸੋ ਮੈਨੂੰ ਸ਼ਿਕਾਗੋ ਨਾਲ ਇੰਨਾ ਪਿਆਰ ਹੋ ਗਿਆ ਕਿ ਮਤਲਬ ਮੇਰਾ ਦੂਰ ਜਾਣ 'ਤੇ ਦਿਲ ਨਹੀਂ ਕੀਤਾ ਬਿਲਕੁਲ ਵੀ ਪਰ ਮੈਂ ਸ਼ਿਕਾਗੋ ਦੇ ਵਿੱਚ ਵੀ ਨਹੀਂ ਰਹਿਣਾ ਚਾਹੁੰਦਾ ਸੀਗਾ ਅਤੇ ਮੈਂ ਸ਼ਿਕਾਗੋ ਤੋਂ ਦੂਰ ਵੀ ਨਹੀਂ ਜਾਣਾ ਚਾਹੁੰਦਾ ਸੀਗਾ ਸੋ ਫਿਰ ਮੈਨੂੰ ਇਹ ਲੱਗਾ ਕਿ ਮੈਨੂੰ ਉੱਥੇ ਕਿਤੇ ਮੂਵ ਹੋਣਾ ਚਾਹੀਦਾ ਹੈ ਕਿ ਯੂ ਨੋ ਥੋੜ੍ਹੀ ਸਲੋ ਲਾਈਫ ਵੀ ਮੈਂ ਇੰਜੋਏ ਕਰ ਪਾਵਾਂ ਅਤੇ ਐਟ ਦ ਸੇਮ ਟਾਈਮ ਜੇ ਮੈਨੂੰ ਵੀਕਐਂਡ 'ਤੇ ਮੇਰਾ ਦਿਲ ਕਰੇ ਅਤੇ ਮੈਂ ਫਾਸਟ ਲਾਈਫ ਵੀ ਯੂ ਨੋ ਇੰਜੋਏ ਕਰ ਪਾਵਾਂ ਤਰੁਣ ਜੀ ਜੋ ਇੱਥੇ ਇਸ ਲੋਕਲ ਕਮਿਊਨਿਟੀ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਐਕਟਿਵਿਜ਼ਮ ਹੈ ਜਾਂ ਅਵੇਅਰਨੈਸ ਹੈ ਉਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਮੈਂ ਤਾਂ ਜਾ ਨਹੀਂ ਪਾਇਆ ਸਾਡੇ ਹੋਰ ਫਰੈਂਡਸ ਤਾਂ ਜਾ ਨਹੀਂ ਪਾਏ ਬਟ ਅਸੀਂ ਸਾਰਿਆਂ ਨੇ ਉਪਰਾਲਾ ਕੀਤਾ ਯੂ ਨੋ ਫਾਈਨੈਂਸ਼ੀਅਲ ਏਡ ਇਕੱਠੀ ਕਰਕੇ ਆਪਣੇ ਯੂ ਨੋ ਖਾਸ ਦੋਸਤਾਂ ਰਾਹ ਹੱਥ ਭੇਜ ਕੇ ਯੂ ਨੋ ਉੱਥੇ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜਿਹੀ ਕਿ ਯੂ ਨੋ ਅਸੀਂ ਸਮ ਹਾਓ ਮੂਵਮੈਂਟ ਨੂੰ ਮੋਮੈਂਟਮ ਯੂ ਨੋ ਦੇ ਸਕੀਏ ਗਵਰਨਮੈਂਟ ਨੇ ਪਾਣੀ ਵੀ ਖਿੱਚ ਲਿਆ ਬਿਜਲੀ ਵੀ ਖਿੱਚ ਲਈ ਯੂ ਨੋ ਬੈਰੀਕੇਡਸ ਬਣਾ ਦਿੱਤੇ ਆ ਸੋ ਆਈ ਰੀਲੀ ਫੀਲ ਹੁਣ ਟਾਈਮ ਵੀ ਗਰਮੀਆਂ ਦਾ ਇੱਦਾਂ ਦਾ ਆ ਕਿ ਇਟ ਇਜ਼ ਨੋਟ ਈਜ਼ੀ ਸੱਤ ਸਮੁੰਦਰ ਪਾਰ ਆਪਾਂ ਰਹਿ ਰਹੇ ਹਾਂ ਆਈ ਥਿੰਕ ਇਸ ਤੋਂ ਸਭ ਤੋਂ ਵੱਡਾ ਆਪਾਂ ਫਾਈਨੈਂਸ਼ੀਅਲ ਅਸਿਸਟੈਂਸ ਦੇ ਸਕਦੇ ਹਾਂ ਯੂਨੋ ਅਤੇ ਮਿਡ ਵੈਸਟ ਦੇ ਵਿੱਚ ਤੁਸੀਂ ਕੀ ਕਹੋ ਕਿਸ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਗੈਸੋਲੀਨ ਕਾਰੋਬਾਰ ਦੇ ਵਿੱਚ ਓਪਰਚੁਨਿਟੀਜ਼ ਅਵੇਲੇਬਲ ਹਨ ਸਾਡੇ ਕਮਿਊਨਿਟੀ ਮੈਂਬਰਸ ਲਈ ਜਿਸ ਪੋਜੀਸ਼ਨ 'ਚ ਮੈਂ ਹਾਂ ਮੈਂ ਇਹ ਸੋਚਦਾ ਕਿ ਮਿਡ ਵੈਸਟ ਇਜ਼ ਦੀ ਬੈਸਟ ਪਲੇਸ ਟੂ ਲਿਵ ਬੈਸਟ ਪਲੇਸ ਟੂ ਡੂ ਅ ਬਿਜ਼ਨਸ ਈਦਰ ਇਜ਼ ਗੈਸ ਔਰ ਲਿਕਸ ਤੁਸੀਂ ਟਾਈਮ ਸਪੈਂਡ ਕੀਤਾ ਇਸ ਕਿਸਾਨ ਅੰਦੋਲਨ ਦੇ ਵਿੱਚ ਉਸ ਐਕਸਪੀਰੀਅੰਸ ਬਾਰੇ ਸਾਨੂੰ ਦੱਸੋ ਭਰਾਵਾਂ ਨੇ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਸਾਊਥ ਬੈਂਡ ਇਹਨਾਂ ਨੇ ਮੇਰਾ ਸਹਿਯੋਗ ਦਿੱਤਾ ਮੈਨੂੰ 20 ਲੱਖ ਰੁਪਈਆ ਇਕੱਠਾ ਕਰਕੇ ਦਿੱਤਾ ਔਰ ਮੈਂ ਕਿਸਾਨਾਂ ਦੇ ਵਿੱਚ ਵੰਡ ਕੇ ਆਇਆ ਪਰ ਉਹ ਭਰਾਵਾਂ ਦਾ ਧੰਨ ਹੈ ਉਹਨਾਂ ਦੀ ਬੜੀ ਵੱਡੀ ਸਫਲ ਕਮਾਈ ਹੈ ਜਿਹੜੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਉੱਥੇ ਮੋਰਚਾ ਸੰਭਾਲੀ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਹਾਂ